ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੁਆ। ਸੋ PBN ਦੇ ਇੰਟਰਟੇਨਮੈਂਟ ਦੇ ਕੈਨ ਸ਼ੋ ਵਿਦੇਸ਼ ਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਫਿਰ ਕਰਦੇ ਹਾਂ ਪ੍ਰੋਗਰਾਮ ਸ਼ੁਰੂਆਤ, ਉਹ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ। ਦੋਸਤੋ, ਸਮਾਰਟ ਸਿਟੀ ਲੁਧਿਆਣਾ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਵਰਲਡ ਨੋ ਟਬਾਕੂ ਡੇ ਸੈਲੀਬ੍ਰੇਟ ਕੀਤਾ ਗਿਆ, ਜਿਸ ਵਿੱਚ ਤਕਰੀਬਨ ਸਕੂਲ ਦੇ 500 ਬੱਚਿਆਂ ਨੇ ਹਿੱਸਾ ਲਿਆ। ਆਓ ਵੇਖਦੇ ਹਾਂ ਇੱਕ ਰਿਪੋਰਟ। You think so?
ਆਬਾਦੀ ਵਾਸਤੇ। ਦੋਸਤੋ ਅਸੀਂ ਦੇਖਿਆ ਛੋਟੇ ਛੋਟੇ ਬੱਚਿਆਂ ਨੇ ਮੈਸੇਜ ਦਿੱਤਾ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ। ਸੋ ਇਸ ਮੌਕੇ ਤੇ ਅਸੀਂ ਖਾਸ ਗੱਲਬਾਤ ਕੀਤੀ ਸਕੂਲ ਦੇ ਪ੍ਰਿੰਸੀਪਲ ਮੈਮ ਯਾਨੀ ਕਿ ਗੁਰਪਾਲ ਆਨੰਦ ਜੀ ਨਾਲ। ਆਓ ਵੇਖਦੇ ਵਰਲਡ ਨੋ ਟੰਬਾਕੂ ਡੇ ਤੇ ਕੀ ਕਹਿਣਾ ਸੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸੋ ਮੈਮ, ਸਕੂਲ ਦੇ ਵਿੱਚ ਅੱਜ ਵਰਲਡ ਨੋ ਟੰਬਾਕੂ ਡੇ ਕਿੱਦਾਂ ਸੈਲੀਬ੍ਰੇਟ ਕੀਤਾ ਗਿਆ ਬੱਚਿਆਂ ਨਾਲ? ਵਰਲਡ ਨੋ ਟੰਬਾਕੂ ਡੇ ਡਿਫਰੈਂਟ ਲੈਵਲਸ ਵਿੱਚ ਡਿਫਰੈਂਟ ਐਕਟੀਵਿਟੀਜ਼ ਅਰੇਂਜ ਕੀਤੀ, ਆਰਗੇਨਾਈਜ਼ ਕੀਤੀ ਸੀ ਅਸੀਂ। ਅਤੇ ਇਹ ਸਪੈਸ਼ਲ ਇੱਕ ਐਕਟੀਵਿਟੀ ਸੀ ਜਿਹਦੇ ਵਿੱਚ ਪੂਰੇ ਕਲਾਸ ਫੋਰਥ ਐਂਡ ਫਿਫਥ ਦੇ ਅਰਾਊਂਡ 500 ਬੱਚਿਆਂ ਨੇ ਪਾਰਟੀਸਪੇਟ ਕੀਤਾ ਸੀ। ਅਤੇ ਉਹਦੇ ਵਿੱਚ ਇਹਨਾਂ ਨੇ ਸਿਗਰਟ ਚਾਰਟ ਪੇਪਰ ਤੋਂ ਬਣਾਏ, ਤੰਬਾਕੂ ਦੇ ਮਾਡਲਸ ਬਣਾਏ। ਉਹ ਸਿਰਫ ਇਹ ਦਿਖਾਉਣ ਵਾਸਤੇ ਕਿ ਇਹ ਚੀਜ਼ਾਂ ਉਨ ਬੱਚਿਆਂ ਲਈ ਅਤੇ ਵੱਡਿਆਂ ਲਈ ਬਹੁਤ ਹਾਨੀਕਾਰਕ ਨੇ। ਇੱਕ ਐਕਟੀਵਿਟੀ ਉਹਨਾਂ ਨੇ ਕੀਤੀ ਸੀ ਜਿਹਦੇ 'ਚ ਇਹ ਹਰ ਇੱਕ ਬੱਚੇ ਦੇ ਇਨਵੋਲਵਮੈਂਟ ਸੀ। ਨੋ ਟੋਬੈਕੋ ਡੇ 31 May ਨੂੰ ਪੈ ਰਿਹਾ, ਪਰ ਉਸ ਦਿਨ ਛੁੱਟੀਆਂ ਸਾਡੀ ਸਟਾਰਟ ਹੋ ਜਾਣਗੀਆਂ, ਇਸ ਕਰਕੇ ਅੱਜ ਸੈਲੀਬ੍ਰੇਟ ਕਰ ਰਹੇ ਹਾਂ। 2-3 ਦਿਨ ਵਿੱਚ ਸਾਡੀ ਸਮਰ ਬ੍ਰੇਕ ਹੋ ਜਾਏਗੀ, ਅਤੇ ਇਸ ਕਰਕੇ ਅੱਜ ਸੈਲੀਬ੍ਰੇਟ ਕਰ ਰਹੇ ਹਾਂ। ਇਹਦੇ 'ਚ ਇਨਵੋਲਵਮੈਂਟ ਸਾਰੇ ਬੱਚਿਆਂ ਦੀ ਸੀ, ਅਤੇ ਇਸ ਕਰਕੇ ਸੇ ਨੋ ਟੂ ਟੋਬੈਕੋ ਇਹ ਐਕਟੀਵਿਟੀ ਰਾਹੀਂ ਉਹਨਾਂ ਨੂੰ ਪਤਾ ਚੱਲੇਗਾ ਕਿ ਟੋਬੈਕੋ ਜੋ ਹੈ ਬਹੁਤ ਹਾਰਮਫੁਲ ਉਹਨਾਂ ਲਈ। ਐਡਵਰਟਾਈਜ਼ਮੈਂਟ ਵੈਸੇ ਤਾਂ ਉਹ ਦੇਖਦੇ ਰਹਿੰਦੇ ਦੇਖਦੇ ਨੇ ਹਮੇਸ਼ਾ, ਲੇਕਿਨ ਇਹ ਹੈ ਕਿ ਹੁਣ ਆਪ ਉਹਦੇ 'ਚ ਇਨਵੋਲਵ ਹੋ ਕੇ ਐਡਵਰਟਾਈਜ਼ ਕਰਨਗੇ ਕਿ ਸੇ ਨੋ ਟੂ ਟੋਬੈਕੋ, ਅਤੇ ਉਹਨਾਂ ਦੀ ਇਹ ਗੱਲ ਇੰਟਰਨਲਾਈਜ਼ ਕਰ ਜਾਏਗੀ। ਫਿਰ ਉਹ ਵੱਡੇ ਹੋ ਕੇ ਜਦ ਵੀ ਸੋਚਣਗੇ ਇਹਦੇ ਬਾਰੇ ਵੀ, ਅਤੇ ਉਹਨਾਂ ਨੂੰ ਹੋਏਗਾ ਕਿ ਅਸੀਂ ਸਕੂਲ ਵਿੱਚ ਕੀਤਾ ਸੀ ਇਹਨੂੰ ਜਦ ਅਸੀਂ ਸਿਰਫ 9 ਸਾਲ ਦੇ ਸੀ, 8 ਸਾਲ ਸੀ, 10 ਸਾਲ ਦੇ ਸੀਗੇ, ਅਤੇ ਉਹਨਾਂ ਨੂੰ ਯਾਦ ਰਹੇਗਾ ਇਸ ਕਰਕੇ। ਸੋ ਜਾਣਦੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਮਹਾਨ ਦਿਨ? ਮੈਂ ਸਿਰਫ ਇਹੀ ਕਹਿਣਾ ਚਾਹਾਂਗੀ ਕਿ ਜਿਹੜੇ ਸੈਲੀਬ੍ਰਿਟੀਜ਼ ਵੀ ਨੇ ਉਹਨਾਂ ਨੂੰ ਵੀ ਕਦੀ ਵੀ ਤੰਬਾਕੂ ਸਿਗਰਟ ਦੀ ਐਡਵਰਟਾਈਜ਼ਮੈਂਟ ਨਹੀਂ ਕਰਨੀ ਚਾਹੀਦੀ। ਜਿਹੜੇ ਸੈਲੀਬ੍ਰਿਟੀਜ਼ ਜੋ ਕਿ ਸਾਰਿਆਂ ਵਾਸਤੇ ਐਗਜ਼ਾਮਪਲ ਨੇ ਔਰ ਸਾਰੇ ਉਹਨਾਂ ਨੂੰ ਐਮੂਲੇਟ ਕਰਦੇ ਨੇ, ਫੋਲੋ ਕਰਦੇ ਨੇ, ਉਹਨਾਂ ਨੂੰ ਖਾਸ ਕਰਕੇ ਜਿਹੜੇ ਜਿੰਨਾ ਵੱਡਾ ਸਟਾਰ ਹੈ ਉਹਨੂੰ ਤੰਬਾਕੂ ਦੀ ਸਿਗਰਟ ਦੀ ਐਡ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਪੂਰੇ ਦੇਸ਼ ਨੂੰ ਦੀ ਹੈਲਥ ਨੂੰ ਖਰਾਬ ਕਰਦੀ ਹੈ ਇਹ ਚੀਜ਼। ਅਤੇ ਉਹ ਫਿਰ ਇੰਨਾ ਹੀ ਜੋ ਮੈਨੂੰ ਪਤਾ ਕੰਪਨੀਜ਼ ਨੇ ਜਿਨ੍ਹਾਂ ਦਾ ਬੜਾ ਲੋਸ ਹੋ ਜਾਏਗਾ, ਬਟ ਦੈਟ ਲੋਸ ਇਜ਼ ਵਰਥ ਇਟ, ਕਿਉਂਕਿ ਹੈਲਥ ਹੈਜ਼ਰਡ ਤਾਂ ਨਹੀਂ ਹੋਏਗਾ ਕੰਟਰੀ ਨੂੰ। ਇਸ ਕਰਕੇ ਮੇਰੀ ਮੈਸੇਜ ਇਹ ਹੈ ਕਿ ਯੂਥ ਨੂੰ ਕੀਪ ਅਵੇ ਫਰੋਮ ਸਿਗਰਟ, ਟਬੈਕੋ, ਡਰੱਗਸ ਐਂਡ ਲੀਡ ਅ ਹੈਲਦੀ ਲਾਈਫ, ਐਕਸਰਸਾਈਜ਼ ਕਰਨ, ਫਿਟ ਰਹਿਣ ਅਤੇ ਖੇਡਣ, ਦੇਸ਼ ਦਾ ਨਾਂ ਉੱਚਾ ਕਰਨ। ਥੈਂਕ ਯੂ ਸੋ ਮਚ। ਵੈਲਕਮ। ਸੋ ਦੋਸਤੋ, ਹੁਣ ਵਿਹਲਾ ਚੱਲਿਆ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ। ਇਸ ਮੌਕੇ 'ਤੇ ਅਸੀਂ ਖਾਸ ਗੱਲਬਾਤ ਕੀਤੀ ਸਕੂਲ ਦੇ ਬੱਚਿਆਂ ਨਾਲ। ਆਓ ਵੇਖ ਦਿਨ ਅੱਜ ਦੇ ਇਵੈਂਟ 'ਤੇ ਕੀ ਕਹਿਣਾ ਸੀ। ਬੇਟਾ, ਕੀ ਨਾਮ ਹੈ ਆਪਕਾ? ਮਨਤ ਗੋਗਿਆ ਐਂਡ ਆਈ ਐਮ ਫਰੋਮ ਕਲਾਸ 5th ਸੀ। ਅੱਛਾ, ਵਰਲਡ ਨੋ ਟੰਬਾਕੂ ਡੇ ਸੈਲੀਬ੍ਰੇਟ ਕੀਤਾ ਗਿਆ, ਆਪਨੇ ਕੈਸੇ ਕੀਤਾ ਉਸ ਸਕੂਲ ਨੂੰ? ਵੀ ਹੈਵ ਮੇਕ ਦ ਵਰਲਡ ਨੋ ਟੰਬਾਕੂ ਡੇ ਫਰੋਮ ਸਟੂਡੈਂਟਸ, ਦੇ ਹੈਵ ਮੇਕਡ ਐਂਡ ਨੋ ਲਾਈਕ ਦੇ ਹੈਵ ਸਟੈਂਡ ਇਨ ਲਾਈਨਸ ਐਂਡ ਸਿਗਰੇਟਸ ਹੈਵ ਮੇਡ ਫਰੋਮ ਟੀਚਰਸ ਐਂਡ ਵੀ ਹੈਵ ਮੇਕ ਦ ਪੋਸਟਰ ਸੇ ਨੋ ਟੂ ਟੰਬਾਕੋ। ਠੀਕ ਹੈ, ਆਪਨੇ ਕੈਸੇ ਕੀਤਾ? ਹਮਨੇ ਲਾਈਕ ਵੀ ਹੈਵ ਕਾਲ ਸਟੂਡੈਂਟਸ ਫਰੋਮ ਡਿਫਰੈਂਟ ਹਾਊਸਸ, ਵੀ ਹੈਵ ਸੈਟ ਦੈਮ ਆਰਡਰ ਵਾਈਜ਼ ਫਰੋਮ ਐਨ ਓ ਟੀ ਐਂਡ ਦੇ ਹੈਵ ਪਰਫੋਰਮ ਦੇ ਡਿਊਟੀਜ਼ ਵੈਰੀ ਵੈਲ। ਵੀ ਹੈਵ ਮੇਡ ਪੋਸਚਰਸ, ਟੀਚਰਸ ਐਂਡ ਮੇਡ ਦ ਸਿਗਰੇਟਸ ਟੂ ਸ਼ੋ ਦੈਟ ਵੀ ਸ਼ੁੱਡ ਨੋਟ ਯੂਜ ਟਬੈਕੋਜ਼ ਦੈਟਸ ਹਾਰਮਫੁਲ ਫੋਰ। ਹਾਂਜੀ, ਆਪਨੇ ਕੈਸੇ ਕੀਤਾ? ਵੀ ਹੈਵ ਮੇਕ ਦ ਸਟੂਡੈਂਟ ਸਟੈਂਡਿੰਗ ਲਾਈਕ ਇਨ ਨੋ ਟਬੈਕੋ ਦੈਟ ਲਾਈਕ ਹੇਅਰ ਇਜ ਸਟੈਂਡਿੰਗ ਰੈਡ ਇਨ ਦ ਐਲਫਾਬੈਟਸ, ਦੇ ਆਰ ਸਟੈਂਡਿੰਗ ਰੈਡ ਇਨ ਦੇਅਰ ਬਲੂ ਐਂਡ ਇਨ ਦ ਕੋਰੀਡੋਰਸ ਗ੍ਰੀਨ ਐਂਡ ਯੈਲੋ, ਆਲ ਹਾਊਸਿਸ ਐਂਡ ਆਰ ਕਵਰਡ। ਵੀ ਹੈਵ ਮੇਡ ਸਮ ਸਿਗਰੇਟਸ ਬਾਈ ਦ ਟੀਚਰਸ ਐਂਡ ਦ ਅਰਥ ਵੀ ਹੈਵ ਮੇਡ ਐਂਡ ਵੀ ਹੈਵ ਮੇਡ ਦੀਜ ਕੋਸਟਿਊਮਸ my charts and made this board. So like this we have celebrated our World No Tobacco Day. Today Rhinites celebrate World No Tobacco Day to create awareness among the people regarding the harmful effects of tobacco and to learn to say no to tobacco. Sapno ke swarg lok mein le jane wala, ek hi phook mein gham bhula dene wala, hosh mein aane par ਸਮੱਸਿਆਏ ਔਰ ਵੀ ਬੜੀ ਹੋ ਗਈ, ਏਕ ਸਮੱਸਿਆ ਨਹੀਂ ਸੈਂਕੜੋ ਸਮੱਸਿਆਏ ਮੂੰਹ ਖੋਲੇ ਖੜੀ ਹੋਊਂਗੀ। ਹਾਂ, ਮੈਂ ਮਿਲਣਾ ਚਾਹਤੀ ਹੂੰ ਤੰਬਾਕੂ ਸੇਵਨ ਕਰਨੇ ਵਾਲੇ ਸੇ, ਉਸ ਪ੍ਰਤੀਕ ਜਨ ਸੇ, ਔਰ ਪੁੱਛਣਾ ਚਾਹਤੀ ਹੂੰ ਯਹ ਸਵਾਲ, ਤੰਬਾਕੂ ਅਪਣਾ ਕਰ ਕਿਉਂ ਕਰ ਰਹੇ ਹੋ ਆਪਣੀ ਜ਼ਿੰਦਗੀ ਬੇਹਾਲ, ਕਿਆ ਰਖਾ ਹੈ ਇਸ ਨਸ਼ੇ ਮੇਂ, ਜ਼ਿੰਦਗੀ ਕਾ ਅਸਲੀ ਮਜ਼ਾ ਤੋ ਹੈ ਹਸਨੇ ਔਰ ਹਸਾਨੇ ਮੇਂ, ਸਿਗਰੇਟ ਬੀੜੀ ਗੁਟਕਾ ਯਾ ਹੋ ਜ਼ਿਰਦਾ, ਬੰਦ ਕਰੋ ਯੇ ਸੇਵਨ, ਖੁਸ਼ੀ ਫੈਲਾਓ ਹਰ ਆਂਗਨ, ਕਿਉਂਕਿ ਸਿਗਰੇਟ ਬੀੜੀ ਗੁਟਕਾ ਯਾ ਜ਼ਿਰਦਾ ਦੇਤਾ ਹੈ ਯੇ ਮੌਤ ਕੋ ਦਸਤਕ। ਦਿਸ ਮੈਸੇਜ ਆਇਆ, ਬਹੁਤ ਬੜੀਆ ਮੈਸੇਜ ਥਾ।
ਸੋ ਦੋਸਤੋ ਅਸੀਂ ਦੇਖਿਆ ਛੋਟੇ ਛੋਟੇ ਬੱਚੇ ਨੇ ਜਿਹੜੇ ਮੈਸੇਜ ਦੇ ਰਹੇ ਹੈਗੇ ਨੇ ਕਿ ਸਾਨੂੰ ਸਿਗਰਟ ਦਾ ਬਿਲਕੁਲ ਵੀ ਸੇਵਨ ਨਹੀਂ ਕਰਨਾ ਚਾਹੀਦਾ। ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇੱਦਾਂ ਵਰਲਡ ਨੋ ਟਬਾਕੂ ਡੇ ਇਵੈਂਟ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਦਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਹਮੇਸ਼ਾ ਇੱਦਾਂ ਹੀ ਪੜ੍ਹਦੇ ਲਿਖਦੇ ਰਹਿਣ ਕਿਉਂਕਿ ਪੜ੍ਹੇਗਾ ਇੰਡੀਆ ਤੋਂ ਅੱਗੇ ਬੜੇਗਾ ਇੰਡੀਆ। ਸੋ ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ। ਧੰਨਵਾਦ।